ਦੇਖੋ ਜੀ ਸਾਡਾ ਇੱਥੇ ਆਉਣ ਦਾ ਜਿਹੜਾ ਮਕਸਦ ਆ ਉਹ ਆ ਪੰਜਾਬ ਚੋਂ ਗੰਦ ਮੁਕਾਉਣਾ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਵੀ ਪੰਜਾਬ ਚੋਂ ਗੰਦ ਮੁਕਾਉਣ ਦਾ ਤੁਸੀਂ ਠੇਕਾ ਲਿਆ ਜਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਨਹੀਂ ਹੋ ਰਿਹਾ ਇਹ ਮੈਂ ਇੱਥੋਂ ਬਾਅਦ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਰਿਹਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਰਵੀਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਉੱਥੋਂ ਹੁਕਮਨਾਮਾ ਜਾਰੀ ਕਰਨਗੇ ਵੀ ਜਿਨ੍ਹਾਂ ਨੇ ਸਿਰਾਂ ਤੇ ਪੱਗਾਂ ਰੱਖਣੀਆਂ ਬਾਈ ਉਹ ਆਪਣੇ ਧਰਮ ਦੀ ਆਨ ਸ਼ਾਨ ਜਿਹੜੀ ਆ ਨਾ ਉਹਨੂੰ ਕਾਇਮ ਰੱਖਣਾ ਇਹ ਨਹੀਂ ਵੀ ਸਿੰਘ ਸਾਹਿਬ ਵਾਲੀਆਂ ਪੱਗਾਂ ਬੰਨ ਕੇ ਤੇ ਆਪਾਂ ਨੀਵੀਆਂ ਫਿਲਮਾਂ ਬਣਾਉਂਦੇ ਪਈਏ ਇਹ ਸਿੱਖਾਂ ਨੂੰ ਸੋਭਾ ਨਹੀਂ ਦਿੰਦਾ ਵੇਖੋ ਆਮ ਕਲਾਕਾਰਾਂ ਨੇ ਵੀ ਪੱਗਾਂ ਬੰਨੀਆਂ ਹੈਗੀਆਂ ਸਾਡਾ ਢਿੱਡ ਦੁਖਦਾ ਇਹਨਾਂ ਨੂੰ ਡੱਕਦੇ ਨਹੀਂ ਹੈ ਲੇਕਿਨ ਪੱਗ ਦੇ ਵਿੱਚ ਫਰਕ ਹੁੰਦਾ ਵਾ ਜਿਹੜੀਆਂ ਪੱਗਾਂ ਇਹਨਾਂ ਨੇ ਬੰਨੀਆਂ ਉਹ ਸਿੰਘ ਸਾਹਿਬ ਵਾਲੀ ਪੱਗ ਆ ਉਹ ਸਿੰਘ ਸਾਹਿਬ ਵਾਲੀ ਪੱਗ ਬੰਨ ਕੇ ਜਦੋਂ ਆਪਾਂ ਇਦਾਂ ਦੀਆਂ ਫਿਲਮਾਂ ਪਾਉਂਦੇ ਹਾਂ ਜਾਂ ਮੰਨ ਲਓ ਘੱਟ ਕੱਪੜੇ ਪਾ ਕੇ ਆਪਾਂ ਆਪਣੇ ਪਰਿਵਾਰ ਨੂੰ ਨਗਰ ਕਰਦੇ ਹਾਂ ਉਹਦੇ ਨਾਲ ਸਿੱਖਾਂ ਦੀ ਛਵੀ ਖਰਾਬ ਹੁੰਦੀ ਹੈ ਇਹ ਗਦਨੀ ਦੇ ਬਾਜ਼ਾਰ ਚੋਂ ਟਕਾ ਟਕੇ ਦੇ ਵਿਕਣ ਵਾਲੇ ਜਿਹੜੇ ਲੋਕ ਹੀ ਨਾ ਤੇ ਜਾਂ ਖਰੀਦਣ ਵਾਲੇ ਲੋਕ ਜਿਹੜੇ ਵਪਾਰੀ ਸੀ ਉਹਨਾਂ ਦੇ ਵਿੱਚੋਂ ਕੱਢ ਕੇ ਧੀਆਂ ਭੈਣਾਂ ਨੂੰ ਘਰੋਂ ਘਰ ਹੀ ਪਹੁੰਚਾਇਆ ਆ ਜਿਹੜੇ ਆ ਸਾਡੇ ਕਮਰ ਕੱਸੇ ਗਲਾਂ 'ਚ ਹਜ਼ੂਰੀਏ ਜਿਹੜੇ ਨਾ ਇਹ ਇਹਨਾਂ ਦਾ ਮੇਨ ਮਕਸਦ ਇਹ ਹੁੰਦਾ ਸੀ ਕਿ ਜੇ ਕੋਈ ਨਗੇਜ ਹੁੰਦਾ ਸੀ ਉਹਨੂੰ ਢੱਕ ਲੈਂਦੇ ਤੇ ਤਾਂ ਕਰਕੇ ਮਹਾਰਾਜ ਸੰਤ ਤੱਕ ਲਾ ਜੰਗਾਂ ਜੁੱਧਾਂ ਹੱਥ ਨਹੀਂ ਦਿੱਤੇ ਇਹ ਇਸ ਕਰਕੇ ਦਿੱਤੇ ਵੀ ਅਸੀਂ ਨਗੇਜ ਢੱਕ ਸਕੀਏ ਅਸੀਂ ਪੰਜਾਬ ਦੇ ਵਿੱਚੋਂ ਨਗੇਜ ਨੂੰ ਖਤਮ ਕਰਨਾ ਕਈ ਕਹਿੰਦੇ ਆ ਜੀ ਪੂਰੇ ਵਰਲਡ ਦੇ ਵਿੱਚ ਹੀ ਪੰਜਾਬ ਆ ਗੰਦ ਤੁਸੀਂ ਕਿੱਥੇ ਕਿੱਥੇ ਸੁਧਾਰ ਕਰੋਗੇ ਜਾਂ ਪੂਰੇ ਪੰਜਾਬ ਦੇ ਵਿੱਚ ਹੀ ਹਰ ਤੇ ਹਿੰਦੂ ਪਰਿਵਾਰ ਦੇ ਵਿੱਚੋਂ ਵੀ ਇਦਾਂ ਦਾ ਮੈਸੇਜ ਮਿਲਦਾ ਪਿਆ ਵਾ ਤੇ ਮੈਂ ਕੱਲ ਇੱਕ ਚੈਨਲ ਤੇ ਬੇਨਤੀ ਕੀਤੀ ਸੀ ਵੀ ਬਾਈ ਹਿੰਦੂ ਭਰਾ ਕਿਹੜੇ ਸਾਰੇ ਅਮਰੀਕਾ ਚੋਂ ਆਏ ਆ ਜਾਂ ਸਾਡੇ ਭਰਾ ਆਏ ਆ ਜਾਂ ਸਾਡੀ ਉਹਨਾਂ ਦਾ ਸਾਂਝ ਵੀ ਸਾਰਿਆਂ ਨੇ ਸਾਂਝ ਆ ਜੇ ਇੰਟਰਵਿਊ ਚੱਲਦੀ ਪਈ ਹੈ ਬਾਬਾ ਜੀ ਜਿਹੜੇ ਹਿੰਦੂ ਸਮਾਜ ਦੇ ਵਿੱਚ ਵੀ ਇਦਾਂ ਦੀਆਂ ਹਰਕਤਾਂ ਕਰਦੇ ਮੈਂ ਆਪਣੇ ਭਰਾਵਾਂ ਨੂੰ ਕਿਹਾ ਭਾਵੇਂ ਸ਼ਿਵ ਸੈਨਾ ਵਾਲੇ ਆ ਭਾਵੇਂ ਬਜਰੰਗ ਦਲ ਵਾਲੇ ਆ ਜਿਹੜੇ ਵੀ ਆ ਸਾਰਿਆਂ ਨੂੰ ਇਹ ਗੱਲ ਕਹੀ ਬਈ ਜਿੱਥੇ ਸਾਡੀ ਲੋੜ ਆ ਸਾਨੂੰ ਆਵਾਜ਼ ਕਰੋ ਅਸੀਂ ਤੁਹਾਡੇ ਨਾਲ ਖੜਾਂਗੇ ਆਪਣੀਆਂ ਧੀਆਂ ਭੈਣਾਂ ਨੂੰ ਆਪਾਂ ਆਪ ਰਾਹ ਤੇ ਲਿਆਉਣਾ ਤੇ ਜੇ ਕੋਈ ਆਪਣਾ ਭੈਣ ਭਰਾ ਵੇਖੋ ਹੁਣ ਪੰਜਾਬ ਦੇ ਵਿੱਚੋਂ ਜਾਣ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ ਕਲੱਬ ਬਣਾ ਕੇ ਇਹਨਾਂ ਨਾਲ ਗੰਦ ਪੱਕਦੇ ਪਏ ਆ ਔਰ ਜਿਵੇਂ ਕਿ ਮੁਸਲਿਮ ਜਿਹੜੇ ਬੰਦੇ ਬਾਹਰ ਮੁਸਲਮਾਨ ਹਨਾ ਉਹ ਇੰਨਾ ਗੰਦ ਵਗਦੇ ਪਏ ਤੇ ਉਹਨਾਂ ਦੇ ਨਾਲ ਪੰਜਾਬਣਾਂ ਜਿਹੜੀਆਂ ਉਹ ਬਹਿ ਕੇ ਗੱਪ ਸ਼ੱਪ ਮਾਰਦੀਆਂ ਪਈਆਂ ਉਹ ਕੌਰ ਨਾਮ ਜਿਹੜਾ ਉਹਨਾਂ ਨੇ ਲਾਇਆ ਮਗਰੋਂ ਹੁਣ ਅਗਲਾ ਬੰਦਾ ਕਹਿੰਦਾ ਤੁਹਾਨੂੰ ਟੰਗੀ ਇਹ ਕੌਰ ਤੇ ਸਿੰਘ ਇਹਦੇ ਖਾਲਸੇ ਦੇ ਸ਼ਬਦ ਆ ਇਹਨਾਂ ਦੀ ਬੇਅਦਬੀ ਹੋ ਰਹੀ ਆ ਖਾਲਸੇ ਪੰਥ ਦੇ ਨਾਮ ਤੇ ਬਹੁਤ ਵੱਡਾ ਇੱਕ ਧੱਬਾ ਲੱਗਦਾ ਪਿਆ ਅਸੀਂ ਇਹ ਧੱਬੇ ਨੂੰ ਰੋਕਣ ਵਾਸਤੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕੱਲਾ ਮਾਨ ਸਿੰਘ ਅਕਾਲੀ ਇੱਕ ਥੋੜਾ ਵਾਣੀ ਤੇ ਪੂਰਾ ਪੰਥ ਖੜਾ ਪਿਆ ਵਾ ਜਿਹੜੇ ਹੁਣ ਕਈ ਇਹ ਗੱਲ ਕਹਿੰਦੇ ਵੀ ਅਸੀਂ ਇੰਨਾ ਚਿਰੋ ਚੱਲਿਆ ਸਾਡੇ ਤੋਂ ਅਸੀਂ ਤੇ ਵੇਖਿਆ ਨੀ ਪੰਜਾਬ ਚੋਂ ਗੰਦ ਮੁੱਕਿਆ ਜਦੋਂ ਤੁਸੀਂ ਸ਼ੁਰੂਆਤ ਕਰੋਗੇ ਤੇ ਗੰਦ ਮੁੱਕੂਗਾ ਨਾ ਉਹ ਕੱਲਾ ਮਾਨ ਸਿੰਘ ਅਕਾਲੀ ਨੇ ਇਹ ਥੋੜਾ ਵੀ ਤਲਵਾਰਾਂ ਲੈ ਕੇ ਅਸੀਂ ਵੱਢਣ ਡਿਆ ਕਈ ਇਹ ਗੱਲ ਕਹਿੰਦੇ ਜੀ ਤੁਸੀਂ ਪੱਗ ਮੰਗਣ ਵਾਲੇ ਜਾਂ ਪੱਗ ਦਾ ਅਧਿਕਾਰ ਤੁਹਾਨੂੰ ਕਿਹਨੇ ਦਿੱਤਾ ਸਾਨੂੰ ਅਧਿਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਪਹਿਲੇ ਲੀਡਰ ਹੋਏ ਆ ਪੰਥ ਦੇ ਉਹ ਢਾਡੀ ਸਿੰਘ ਹੋਏ ਆ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਢਾਡੀ ਸਿੰਘਾਂ ਨੂੰ ਸਟੇਜਾਂ ਤੇ ਇਸ ਕਰਕੇ ਲਿਆਂਦਾ ਵੀ ਬਾਈ ਤੁਸੀਂ ਸਮੇਂ ਤੇ ਪੰਥ ਨੂੰ ਸੇਧ ਦੇ ਸਕੋ ਕਿਉਂਕਿ ਬਾਬਾ ਬੁੱਢਾ ਸਾਹਿਬ ਵਰਗਾ ਭਾਈ ਗੁਰਦਾਸ ਵਰਗਾ ਬ੍ਰਹਮ ਗਿਆਨੀ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਲੇਕਿਨ ਜਿਹੜੇ ਢਾਡੀ ਸੀ ਉਹ ਪੰਥ ਨੂੰ ਲੀਡਰ ਦਿੱਤੇ ਗਏ ਠੀਕ ਹੈ ਜੀ ਉਹਨਾਂ ਲੀਡਰਾਂ ਦਾ ਇਹੋ ਮਕਸਦ ਸੀ ਵੀ ਸਮੇਂ ਤੇ ਕਿਰਾਏ ਪਿਆਂ ਨੂੰ ਰਾਹ ਲਿਆਉਣਾ ਤੇ ਉਹ ਆਪਣੀ ਡਿਊਟੀ ਨਿਭਾ ਰਹੇ ਆ ਠੀਕ ਹੈ ਜੀ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਤੇ ਇਕੱਲਾ ਢਾਡੀਆਂ ਦਾ ਇਹ ਮਕਸਦ ਨਹੀਂ ਹੁੰਦਾ ਵੀ ਚਾਰ ਪੈਸੇ ਕਮਾ ਲਈਏ ਇਹ ਨਹੀਂ ਹੁੰਦਾ ਢਾਡੀਆਂ ਦਾ ਮਕਸਦ ਹੁੰਦਾ ਵੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਸੁੱਤਿਆਂ ਨੂੰ ਜਗਾ ਲਈਏ ਜੋ ਸੁੱਤੇ ਆ ਮੰਨ ਲਓ ਕੋਈ ਬਾਹਰੋਂ ਆ ਕੇ ਬੰਦਾ ਸਾਡੇ ਬੇਅਦਬੀ ਕਰਦਾ ਪਿਆ ਤੇ ਉਹਨੂੰ ਨਹੀਂ ਸਾਡੇ ਧਰਮ ਦਾ ਪਤਾ ਉਹਦੀ ਰਹਿਤ ਮਰਿਆਦਾ ਦਾ ਨਹੀਂ ਪਤਾ ਅਸੀਂ ਉਹਨੂੰ ਕੋਈ ਤਲਵਾਰਾਂ ਮਾਰ ਕੇ ਥੋੜਾ ਵੱਢਣ ਡਿਆ ਜਿਹੜਾ ਅਗਲਾ ਬੰਦਾ ਕਹਿੰਦਾ ਮੈਨੂੰ ਸਿਕਿਉਰਿਟੀ ਦੇ ਦਿਓ ਇਹ ਸਿਰਫ ਇੱਕ ਟ੍ਰਿਕ ਹੁੰਦਾ ਜਿੱਦਾਂ ਹੁਣ ਕਹੀ ਇਹ ਗੱਲ ਕਹੀ ਵੀ ਬਾਈ ਬਹਿ ਕੇ ਤੈਨੂੰ ਸਮਝਾਉਣਾ ਚਾਹੁੰਦੇ ਆ ਉਹ ਅਕਾਲ ਤਖ਼ਤ ਨੂੰ ਤੁਰ ਪਿਆ ਯਾਨੀ ਕਿ ਅਕਾਲ ਤਖ਼ਤ ਦਾ ਫੈਸਲਾ ਤੁਸੀਂ ਮੰਨੋਗੇ ਆਖਰੀ ਫੈਸਲਾ ਅਕਾਲ ਤਖ਼ਤ ਸਾਹਿਬ ਕਹਿੰਦੇ ਸਿਰ ਚਾਹੀਦਾ ਮੈਂ ਸਿਰ ਵੱਢ ਕੇ ਦੇ ਦੂੰਗਾ ਆਹ ਲੈ ਲਓ